ਹੁਣ ਇੰਡੀਆ ਦੇ ਵਿੱਚ ਮਸਲਾ ਜਿਹੜਾ ਚੱਲ ਰਿਹਾ ਹੈ ਕਿ ਜਿਹੜੀ ਬੁੱਕ ਲਿਖੀ ਸੀ RSS ਵਾਲਿਆਂ ਨੇ, ਪੰਚ ਆਫ ਥਾਟਸ, ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਹਿੰਦੂਆਂ ਦੀ ਜਿਹੜੀ ਸਟੇਟ ਹੋਏਗੀ ਉੱਥੇ ਸਿਰਫ ਹਿੰਦੂ ਰਹਿਣਗੇ, ਔਰ ਉਹਨੂੰ ਸੱਚ ਕਰਨ ਵਾਸਤੇ ਇੰਡੀਅਨ ਦੇ ਵਿੱਚ ਇੰਡੀਅਨ ਨੇ ਕਾਨੂੰਨ ਲਾਗੂ ਕੀਤਾ, ਇੱਕ ਬਿੱਲ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਪਹਿਲਾ ਟਾਰਗੇਟ ਮੁਸਲਮਾਨਾਂ ਨੂੰ ਬਣਾਇਆ, ਕਿਉਂਕਿ ਮੁਸਲਮਾਨ ਜਿਹੜੇ ਨੇ ਉਹ ਹਿੰਦੂਆਂ ਤੋਂ ਬਾਅਦ ਸਭ ਤੋਂ ਵੱਡੀ ਕਮਿਊਨਿਟੀ ਹੈ, ਔਰ ਉਹਨਾਂ ਦੀ ਚਾਹ ਇਹ ਹੋਈ ਹੈ ਕਿ ਅਗਰ ਅਸੀਂ ਉਹਨਾਂ ਨੂੰ ਦਬਾਉਣ 'ਚ ਕਾਮਯਾਬ ਹੋ ਗਏ ਤਾਂ ਫਿਰ ਦੂਸਰੇ ਤੀਸਰੇ ਚੌਥੇ ਪੰਜਵੇਂ ਸਾਡੇ ਵਾਸਤੇ ਕੋਈ ਮਸਲਾ ਨਹੀਂ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਪਹਿਲੇ ਵੀ ਦਾਸ ਚੀਖ ਚੀਖ ਕੇ ਕਹਿੰਦਾ ਸੀ ਕਿ ਇਹ ਜਿਹੜੇ ਹਿੰਦੂ ਨੇ, ਇਹ ਜਿਹੜਾ ਇੰਡੀਆ ਦਾ ਕਾਨੂੰਨ ਹੈ, ਇਹ ਕਦੇ ਸਾਡਾ ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਬੰਦੇ ਅੰਬੈਕਟਰ ਨੇ ਇਹਨੂੰ ਲਿਖਿਆ ਸੀ ਉਹਨੂੰ ਕਿਉਂ ਨਹੀਂ ਮੰਨਦੇ? ਕਿਉਂਕਿ ਉਹ ਇੱਕ ਦਲਿਤ ਸੀ, ਉਹਨੇ ਬਹੁਤ ਅੱਛਾ ਲਿਖਿਆ ਸੀ, ਔਰ ਉਹਨੇ ਸਾਰਿਆਂ ਨੂੰ ਇੱਕ ਕਿਹਾ ਸੀ। ਜਿਸ ਤਰ੍ਹਾਂ ਪਾਕਿਸਤਾਨ ਦੇ ਆਈਨ ਦੇ ਵਿੱਚ ਕਾਇਦੇ ਆਜ਼ਮ ਨੇ ਅਕਲੀਅਤਾਂ ਨੂੰ ਪੂਰੀ ਤਰ੍ਹਾਂ ਆਜ਼ਾਦੀ ਦਿੱਤੀ ਔਰ ਬਰਾਬਰੀ ਦੀ ਸ਼ਹਿਰੀਅਤ ਦਿੱਤੀ ਹੈ, ਇਸੇ ਤਰ੍ਹਾਂ ਉਸ ਅੰਬੈਕਟਰ ਨੇ ਵੀ ਸਾਰਿਆਂ ਨੂੰ ਪੂਰੀ ਮੁਕੰਮਲ ਆਜ਼ਾਦੀ ਦਿੱਤੀ ਸੀ। ਪਰ ਮੋਦੀ ਦੇ ਤੁਸੀਂ ਵੇਖ ਲਓ, ਉਹਦੇ ਮਿਸ਼ਨ ਦੇ ਵਿੱਚ ਸ਼ਾਮਿਲ ਸੀ। ਮੁਸਲਮਾਨਾਂ ਵਾਸਤੇ ਉਹ ਕਹਿੰਦਾ ਸੀ ਕਿ ਆ ਪਾਕਿਸਤਾਨ ਜਾਓ ਜਾਂ ਕਬਰਿਸਤਾਨ ਜਾਓ, ਸਿੱਖਾਂ ਵਾਸਤੇ ਉਹਨੇ ਕਿਹੜੇ ਕਿਹੜੇ ਅਲਫਾਜ਼ ਇਸਤੇਮਾਲ ਕੀਤੇ, ਖਾਲਿਸਤਾਨ ਵਾਸਤੇ ਉਹਨੇ ਕਿਹੜੇ ਅਲਫਾਜ਼ ਇਸਤੇਮਾਲ ਕੀਤੇ, ਜਾਂ ਉਹ ਜਿਸ ਤਰ੍ਹਾਂ ਭਾਰਤ ਨੂੰ ਵੀ ਖਤਮ ਕਰਨਾ ਚਾਹੁੰਦਾ, ਉਹ ਇੰਡੀਆ ਨੂੰ ਵੀ ਖਤਮ ਕਰਨਾ ਚਾਹੁੰਦਾ, ਉਹ ਸਿਰਫ ਹਿੰਦੁਸਤਾਨ ਬਣਾਉਣਾ ਚਾਹੁੰਦੇ। ਇਹਦੇ ਵਾਸਤੇ ਸਾਨੂੰ ਇੱਕ ਹੋਣਾ ਪੈਣਾ, ਅੱਜ ਸਾਨੂੰ ਆਪਣੇ ਮੁਸਲਮਾਨ ਭਰਾਵਾਂ ਦਾ ਸਾਥ ਦੇਣਾ ਪੈਣਾ। ਅਗਰ ਅਸੀਂ ਅੱਜ ਮੁਸਲਮਾਨ ਭਰਾਵਾਂ ਦਾ ਸਾਥ ਨਹੀਂ ਦੇਵਾਂਗੇ, ਕੱਲ ਨੂੰ ਇਹ ਦਿਨ ਸਾਡੇ ਤੇ ਵੀ ਆਉਣਾ, ਪਰਸੋਂ ਨੂੰ ਇਹ ਦਿਨ ਦੂਸਰੀਆਂ ਘੱਟ ਗਿਣਤੀਆਂ ਦੇ ਵੀ ਆਉਣਾ। ਸੋ ਜਿੰਨੇ ਵੀ ਘੱਟ ਗਿਣਤੀਆਂ ਦੇ, ਮੇਰੀ ਬੇਨਤੀ ਹੈ ਕਿ ਸਾਨੂੰ ਇੱਕ ਹੋਣਾ ਪੈਣਾ, ਖਾਸ ਕਰ ਅੱਜ ਮੁਸਲਮਾਨ ਭਰਾਵਾਂ ਨੂੰ ਇਕਮੁੱਠ ਹੋਣ ਦੀ ਲੋੜ ਹੈ। ਔਰ ਅਗਰ ਇਕਮੁੱਠ ਹੋ ਜਾਣ ਤੇ 30 ਕਰੋੜ ਕੋ ਥੋੜੇ ਨਹੀਂ ਹੁੰਦੇ। ਤੁਸੀਂ ਤਾਰੀਖ ਦੇ ਪੰਨੇ ਖੋਲ ਲਓ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦੇ ਨਾਲ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ 1984 ਚ ਕਿੰਨੇ ਬੰਦੇ ਸਨ? 150 ਤੋਂ 200 ਤੱਕ ਤਾਰੀਖ ਕਹਿੰਦੀ ਹੈ ਕਿ 155 ਬੰਦੇ ਸਨ ਜਿਹਨੇ 9000 ਇੰਡੀਅਨ ਫੌਜ ਮਾਰੀ ਸੀ। ਸੋ ਯੂਨਿਟੀ ਦੇ ਵਿੱਚ ਬਹੁਤ ਤਾਕਤ ਹੈ। ਅਗਰ ਅਸੀਂ ਖਾਲਿਸਤਾਨ ਲੈਣਾ ਤਾਂ ਵੀ ਸਾਨੂੰ ਯੂਨਿਟ ਹੋਣਾ ਪੈਣਾ, ਅਗਰ ਮੁਸਲਮਾਨਾਂ ਨੇ ਆਪਣਾ ਹੱਕ ਲੈਣਾ ਉਹਨਾਂ ਨੂੰ ਵੀ ਯੂਨਿਟ ਹੋਣਾ ਪੈਣਾ, ਅਗਰ ਕ੍ਰਿਸਚਨ ਵੀਰਾਂ ਨੇ ਉੱਥੇ ਕੋਈ ਆਪਣਾ ਝੰਡਾ ਗਾੜਨਾ ਹੈ ਉਹਨਾਂ ਨੂੰ ਵੀ ਇੱਕ ਯੂਨਿਟ ਹੋਣਾ ਪੈਣਾ। ਸੋ ਇਤਫਾਕ ਜਿਹੜਾ ਹੈ ਇਹਦੇ ਵਿੱਚ ਬਰਕਤ ਹੈ। ਮੈਂ ਆਪਣੇ ਪਾਕਿਸਤਾਨੀ ਸਿੱਖਾਂ ਦੀ ਤਰਫੋਂ, ਪੰਜਾਬੀ ਸਿੱਖ ਸੰਗਤ ਦੇ ਪੂਰੀ ਟੀਮ ਦੀ ਤਰਫੋਂ ਇਹ ਆਪਣੇ ਮੁਸਲਮਾਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਆਪਣੇ ਮੁਸਲਮਾਨ ਵੀਰਾਂ ਦੇ ਨਾਲ ਹਾਂ, ਅਸੀਂ ਉਸ ਜ਼ੁਲਮ ਦੇ ਵੀ ਖਿਲਾਫ ਹਾਂ, ਅਸੀਂ ਕਸ਼ਮੀਰ ਦੇ ਵਿੱਚ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਵੀ ਖਿਲਾਫ ਹਾਂ, ਕਿਉਂਕਿ ਸਿੱਖ ਕੌਮ ਦਾ ਮਕਸਦ ਹੈ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਨਾ। ਸੋ ਇਹ ਜਿਹੜਾ ਕਾਨੂੰਨ ਹੈ ਇਹ ਅੰਧਾ ਕਾਨੂੰਨ ਹੈ, ਇਹ ਮੋਦੀ ਨੂੰ ਵਾਪਸ ਲੈਣਾ ਪੈਣਾ। ਅਗਰ ਮੋਦੀ ਨੂੰ ਵਾਪਸ ਨਹੀਂ ਲਿਆਏਗਾ ਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿੰਦਾ ਸੀ ਕਿ ਮੋਦੀ ਇੰਡੀਆ ਦਾ ਗੁਰਬਚੋਫ ਸਾਬਤ ਹੋਏਗਾ ਔਰ ਇੰਡੀਆ ਦੇ ਟੁਕੜੇ ਟੁਕੜੇ ਹੋਣਗੇ, ਔਰ ਹੋਣਗੇ ਮੋਦੀ ਦੀ ਵਜ੍ਹਾ